ਟ੍ਰੈਫਿਕ ਜਿਹੜਾ ਇੱਕ ਬਹੁਤ ਅਹਿਮ ਸਾਡਾ ਡਿਪਾਰਟਮੈਂਟ ਹੈ ਔਰ ਇੱਕ ਏਰੀਆ ਹੈਗਾ ਜਿਹ 'ਚ ਪੁਲਿਸ ਬਾਕੀ ਏਜੰਸੀਜ਼ ਰੋਡ ਇੰਜੀਨੀਅਰਿੰਗ ਦੀਆਂ ਜਿਵੇਂ ਕਾਰਪੋਰੇਸ਼ਨ PWD ਕਈਆਂ ਦਾ ਰੋਲ ਆਉਂਦਾ ਬਟ ਲੋਕ ਇਹ ਆਮ ਸਮਝਦੇ ਨੇ ਕਿ ਸਿਰਫ ਇਹ ਪੁਲਿਸ ਦਾ ਹੀ ਕੰਮ ਹੈ। ਉਹਦੇ 'ਚ ਮੈਂ ਡੈਫੀਨੇਟਲੀ ਟਾਈਮ ਟੂ ਟਾਈਮ ਸ਼ੇਅਰ ਕਰਦਾ ਰਹਿੰਦਾ ਕਿ ਜਿਹੜਾ ਇਹਦੇ 'ਚ ਰੋਡ ਇੰਜੀਨੀਅਰਿੰਗ ਜਿਵੇਂ ਸਲਿਪ ਰੋਡਸ ਬਣ ਰਹੀਆਂ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਸ਼ਹਿਰਾਂ 'ਚ PWD ਵੱਲੋਂ ਹਾਈਵੇਜ਼ ਦੇ ਉੱਤੇ ਇਸ ਤਰ੍ਹਾਂ ਜਿਹੜੇ ਲਾਈਟਸ ਦਾ ਵਗੈਰਾ ਸਾਰਾ ਕੰਮ ਹੈ ਉਹ ਪਾਰਕਿੰਗ ਵਗੈਰਾ ਦਾ ਇਸ਼ੂਜ਼ ਨੇ ਉਹ ਸਾਰਾ ਦੂਸਰੀਆਂ ਡਿਪਾਰਟਮੈਂਟਸ ਨਾਲ ਰਿਲੇਟਡ ਹੈ। ਪਰ ਐਨੀਵੇ ਇਹਦੇ 'ਚ ਅਸੀਂ ਇੱਕ ਸਪੈਸ਼ਲ ਡਰਾਈਵ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਕੀਤੀ ਜਾ ਰਹੀ ਹੈ। ਜਿਹੜੇ ਮੋਟਰਸਾਈਕਲ ਜਿਹੜੇ ਮੋਡੀਫਾਈਡ ਸਾਇਲੈਂਸਰਸ ਵਾਲੇ ਹੈ ਉਹ ਬੜਾ ਇੱਕ ਨਿਊਸੈਂਸ ਹੈ ਔਰ ਉਹਦੇ ਖਿਲਾਫ਼ ਅਸੀਂ ਬੜਾ ਵੱਡੀ ਮੁਹਿੰਮ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ ਔਨ ਗਰਾਊਂਡ ਓਪਰੇਸ਼ਨਲ ਉਹਨੂੰ। ਔਰ ਉਹਦੇ 'ਚ ਦੋ ਫੇਜ਼ ਅਸੀਂ ਰੱਖੇ। ਇੱਕ ਪਹਿਲੇ ਫੇਜ਼ 'ਚ ਅਸੀਂ ਅਵੇਅਰਨੈਸ ਕਰ ਰਹੇ ਹਾਂ 25 ਤਰੀਕ ਤੋਂ 27 ਤਰੀਕ ਤੱਕ ਮਾਰਚ ਦੇ ਵਿੱਚ। ਉਹਦੇ 'ਚ ਸਾਡੀਆਂ ਪਬਲਿਕ ਅਨਾਊਂਸਮੈਂਟਸ ਹੋਣਗੀਆਂ ਟ੍ਰੈਫਿਕ ਰੂਲਸ ਦੀਆਂ ਮਾਰਕੀਟਸ ਦੇ ਵਿੱਚ ਸਕੂਲਸ ਦੇ ਵਿੱਚ ਔਰ ਤਕਰੀਬਨ 2000 ਸਕੂਲ ਪ੍ਰਿੰਸੀਪਲਸ ਦੇ ਮੇਲਸ ਲੈ ਕੇ ਉਹਨਾਂ ਨੂੰ ਇਹ ਵੀਡੀਓ ਵੀ ਭੇਜੀ ਜਾਏਗੀ ਮੇਰੇ ਵੱਲੋਂ। ਔਰ ਇਸ ਤੋਂ ਇਲਾਵਾ ਸਾਡੇ DCP ਟ੍ਰੈਫਿਕ ਮੈਡਮ ਸੌਮਿਆ ਮਿਸ਼ਰਾ ਅਤੇ ਉਹਨਾਂ ਦੀ ਟੀਮ ਉਹ ਸਾਰੇ ਲੱਗੇ ਹੋਏ ਨੇ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਅਵੇਅਰ ਕਰਨਾ ਹੈ। ਇਸ ਤੋਂ ਇਲਾਵਾ ਜਿਹੜੇ ਟ੍ਰੈਫਿਕ ਪੁਲਿਸ ਦੀ ਵੀ ਅਸੀਂ ਟ੍ਰੇਨਿੰਗ ਕਰਾਈ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਇਹਦੇ ਜਿਹੜਾ ਮੋਡੀਫਾਈਡ ਸਲੈਂਸਰਸ ਨੂੰ ਕਿੱਦਾਂ ਡੀਲ ਕਰਨਾ ਲੀਗਲੀ। ਸਕੂਲਾਂ 'ਚ ਸੈਮੀਨਾਰ ਕਾਲਜਿਸ 'ਚ ਸੈਮੀਨਾਰ ਕਰਵਾਏ ਜਾ ਰਹੇ ਆ। ਸੋਸ਼ਲ ਮੀਡੀਆ ਦੇ ਉੱਤੇ ਵੀ ਅਵੇਅਰਨੈਸ ਅਸੀਂ ਫੈਲਾ ਰਹੇ ਹਾਂ ਅਤੇ ਜਿਹੜੇ ਲੋਕਾਂ ਨੂੰ ਇਸ ਕਰਕੇ ਡਿਸਕਰੇਜ ਕੀਤਾ ਜਾਵੇ ਕਿ ਉਹ ਇਹ ਕੰਮ ਨਾ ਕਰਨ। ਔਰ ਇਹ 2-3 ਦਿਨ ਦੀ ਅਵੇਅਰਨੈਸ ਡਰਾਈਵ ਤੋਂ ਬਾਅਦ ਇਨਫੋਰਸਮੈਂਟ ਵੀ ਉਨੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਲੋਕਾਂ ਨੂੰ ਅਸੀਂ ਇੱਕ ਵਾਰ ਅਵੇਅਰ ਕਰ ਦਿੱਤਾ ਪਰ ਨਾਲ ਨਾਲ ਇਨਫੋਰਸਮੈਂਟ ਇਜ਼ ਆਲ ਇੰਪੋਰਟੈਂਟ। 28 ਤੋਂ ਲੈ ਕੇ 30 ਤੱਕ 3 ਦਿਨ ਉਹ ਵੀ ਅਸੀਂ ਇਸ 'ਤੇ ਲਾਵਾਂਗੇ। ਇਹਦੇ 'ਚ ਚਲਾਨ ਕੀਤੇ ਜਾਣਗੇ ਵਾਇਲੇਟਰਸ ਦੇ। ਮਕੈਨਿਕਸ ਔਰ ਜਿਹੜੀਆਂ ਸ਼ੋਪਸ ਨੇ ਜਿਹੜੀਆਂ ਫੈਸਿਲੀਟੇਟ ਕਰਦੀਆਂ ਹੈ ਇਸ ਸਾਰੀ ਸਲੈਂਸਿੰਗ ਨੂੰ ਹੋਰ ਉਹਨਾਂ ਦੇ ਖਿਲਾਫ਼ ਵੀ ਸਟ੍ਰਿਕਟ ਐਕਸ਼ਨ ਲਵਾਂਗੇ। ਬਿਕੋਜ਼ ਨੋਟ ਓਨਲੀ ਜਿਹੜਾ ਓਨਰ ਹੈ ਜਾਂ ਯੂਜ਼ਰ ਹੈ ਬਾਈਕ ਦਾ ਉਹ ਨਹੀਂ ਪਰ ਜਿਹੜੇ ਬੰਦੇ ਕੰਮ ਕਰਕੇ ਦੇ ਰਹੇ ਉਹ ਅਵੈਟ ਕਰ ਰਹੇ ਕ੍ਰਾਈਮ ਨੂੰ। ਸੋ ਉਹਨਾਂ ਵਾਸਤੇ ਵੀ ਇਹ ਵੱਡੀ ਵੱਡੀ ਚੇਤਾਵਨੀ ਹੈ। ਅਸੀਂ ਬਿਲਕੁਲ ਕਿਸੇ ਨੂੰ ਬਖਸ਼ਣਾ ਨਹੀਂ। ਨੋਬਡੀ ਇਜ਼ ਅਬਵ ਲਾਅ। ਸਪੈਸ਼ਲ ਨਾਕੇ ਲਾਉਣੇ ਕਾਲਜ ਸਕੂਲਾਂ ਦੇ ਕੋਲ। ਇਹ ਨੈਕਸਟ ਅਸੀਂ ਪੁਆਇੰਟ ਲਿਆ ਆਪਣਾ ਤਾਂ ਕਿ ਉੱਥੇ ਮੈਕਸੀਮਮ ਇਹੋ ਜਿਹੀ ਯੂਜੇਜ ਹੁੰਦੀ ਹੈ ਅਤੇ ਉੱਥੇ ਇਮੀਡੀਏਟ ਐਕਸ਼ਨ ਉਹਦਾ ਮੈਸੇਜ ਵੀ ਬੜਾ ਲਾਊਡ ਐਂਡ ਕਲੀਅਰ ਜਾਏਗਾ। ਉਸੇ ਬੱਚਿਆਂ ਨੂੰ ਅਸੀਂ ਪਹਿਲਾਂ ਅਵੇਅਰ ਕੀਤਾ ਬਟ ਉਸ ਤੋਂ ਬਾਅਦ ਫਿਰ ਕੋਈ ਲਿਹਾਜ਼ ਨਹੀਂ। ਜੇ ਕੋਈ ਵੀਡੀਓ ਵਗੈਰਾ ਸ਼ੇਅਰ ਕਰਦਾ ਸਾਡੇ ਨਾਲ ਉਹ ਈ ਚਲਾਨਿੰਗ ਦਾ ਸਿਸਟਮ ਉਹ ਵੀ ਸਾਡਾ ਟ੍ਰੈਫਿਕ ਪੁਲਿਸ ਦੇ ਮੈਡਮ DCP ਟ੍ਰੈਫਿਕ ਦੇ ਸੁਪਰਵੀਜ਼ਨ ਦੇ ਵਿੱਚ ਉਹ ਵੀ ਕਰਨਗੇ। ਮੈਂ ਇਸ ਵੀਡੀਓ ਰਾਹੀਂ ਸਾਰਿਆਂ ਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ ਆਪਾਂ ਸਾਰੇ ਇੱਕ ਸਿਵਲਾਈਜ਼ ਸਮਾਜ 'ਚ ਰਹਿ ਰਹੇ ਹਾਂ। ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਨੇ ਵੀ ਇੱਕ ਅੱਛੀ ਸਮਾਜ ਦਾ ਇੱਕ ਸਿੰਬਲ ਹੈ, ਇੱਕ ਉਹਦਾ ਐਗਜ਼ੈਂਪਲ ਹੈ। ਬਟ ਔਰਡਰਲੀਨੈਸ ਔਰ ਰੂਲ ਫਲਾਊਟਿੰਗ ਜਿਹੜੀ ਹੈ ਇਹ ਬਹੁਤ ਮਾੜੀ ਚੀਜ਼ ਹੈ ਔਰ ਸਾਡੇ ਸਮਾਜ ਨੂੰ ਇਹਦੇ 'ਚੋਂ ਬਾਹਰ ਆਉਣ ਵਾਸਤੇ ਸਾਨੂੰ ਸਖਤੀ ਵੀ ਕਰਨੀ ਪਏਗੀ। ਅਸੀਂ ਕਰਾਂਗੇ ਔਰ ਕਰ ਰਹੇ ਹਾਂ। ਉਹਦੇ 'ਚ ਪੇਰੈਂਟਸ ਦਾ ਵੀ ਬਹੁਤ ਵੱਡਾ ਰੋਲ ਹੈ, ਟੀਚਰਸ ਦਾ ਵੀ ਬਹੁਤ ਵੱਡਾ ਰੋਲ ਹੈ। ਜਿਹੜੇ ਸਟੂਡੈਂਟਸ ਇੱਦਾਂ ਦੇ ਆਉਂਦੇ ਅੰਡਰ ਏਜ ਡਰਾਈਵਿੰਗ ਬਹੁਤ ਵੱਡੀ ਮਿਹਨਤ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਬੱਚਿਆਂ ਦੀ ਆਪਣੀ ਪ੍ਰੈਸ਼ਸ ਲਾਈਫਸ ਨੇ, ਤੁਸੀਂ ਉਹਨਾਂ ਦੀ ਇੱਕ ਜ਼ਿੱਦ ਵਾਸਤੇ ਜਾਂ ਉਹਨਾਂ ਦੀ ਖੁਸ਼ੀ ਵਾਸਤੇ ਆਪਾਂ ਉਹਨਾਂ ਦੀ ਗੱਲ ਮੰਨ ਜਾਂਦੇ ਹਾਂ, ਵਿਚ ਇਜ਼ ਵੈਰੀ ਰੋਂਗ। ਔਰ ਦੂਜੀ ਗੱਲ ਕਿ ਜਿੱਥੇ ਵੀ ਆਪਾਂ ਰੂਲ ਤੋੜਦੇ ਹਾਂ ਉਹਦੇ 'ਚ ਆਪਾਂ ਵੀ ਉਨੇ ਭਾਗੀਦਾਰ ਬਣਦੇ ਹਾਂ, ਚਾਹੇ ਉਹ ਟੀਚਰਸ ਨੇ ਜਿਹੜੇ ਉੱਥੇ ਅਲਾਓ ਕਰਦੇ ਆ, ਜਿਹੜੇ ਬਾਈਕਸ ਇਹੋ ਜਿਹੇ ਜਾ ਕੇ ਪਾਰਕ ਹੁੰਦੇ ਆ ਕਿਸੇ ਕਾਲਜ ਵਗੈਰਾ 'ਚ, ਔਰ ਪੇਰੈਂਟਸ ਵੀ ਜਿੱਥੇ ਘਰੋਂ ਬੱਚਾ ਲੈ ਕੇ ਜਾਂਦਾ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ, ਅਪੀਲ ਹੈ ਕਿ ਕਾਨੂੰਨ ਨੂੰ ਆਪਾਂ ਮੰਨੀਏ ਔਰ ਟ੍ਰੈਫਿਕ ਜਿਹੜਾ ਇਹਦੇ 'ਚ ਬਹੁਤ ਸਾਰੀਆਂ ਜਾਨਾਂ ਰੋਡ ਐਕਸੀਡੈਂਟ ਦੇ ਵਿੱਚ ਇਹ ਬੜਾ ਇੰਪੋਰਟੈਂਟ ਇੱਕ ਏਰੀਆ ਸਾਡੀਆਂ ਜਾਂਦੀਆਂ, ਮੋਰ ਦੈਨ ਦੀ ਮਰਡਰਸ। ਸੋ ਉਸ ਕਰਕੇ ਆਪਾਂ ਇਹਨੂੰ ਲਾਈਟਲੀ ਨਾ ਲਈਏ ਔਰ ਇਹਨੂੰ ਸੀਰੀਅਸਲੀ ਲਈਏ। ਔਰ ਹਰ ਰੂਲ ਤੁਹਾਡੀ ਆਪਣੀ ਪ੍ਰੋਟੈਕਸ਼ਨ ਵਾਸਤੇ ਹੈ, ਚਾਹੇ ਉਹ ਹੈਲਮੈਟ ਦਾ ਰੂਲ ਹੈ, ਚਾਹੇ ਉਹ ਸੀਟ ਬੈਲਟ ਦਾ ਹੈ, ਉਹ ਸਾਰਾ ਇੰਡੀਵਿਜੁਅਲ ਦੀ ਜਿਹੜੀ ਪ੍ਰੋਟੈਕਸ਼ਨ ਵਾਸਤੇ ਹੈ। ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਸ ਸਮਾਜ 'ਚ ਰਹਿੰਦੇ ਹੋਏ ਇਹ ਸੋਚਦੇ ਹਾਂ ਕਿ ਨਹੀਂ ਯਾਰ ਇਹ ਤਾਂ ਅਸੀਂ ਤਾਂ ਕਰ ਰਹੇ ਹਾਂ ਬਿਕੋਜ਼ ਪੁਲਿਸ ਨਾ ਸਾਨੂੰ ਫੜ ਲਏ, ਅਸੀਂ ਹੈਲਮੈਟ ਤਾਂ ਪਾਉਣੀ ਹੈ ਵੀ ਸਾਨੂੰ ਪੁਲਿਸ ਨਾ ਫੜ ਲਏ, ਸੀਟ ਬੈਲਟ ਅਸੀਂ ਤਾਂ ਲਾਉਣੀ ਹੈ ਵੀ ਸਾਨੂੰ ਪੁਲਿਸ ਨਾ ਫੜ ਲਏ। ਦਿਸ ਇਜ਼ ਵੈਰੀ ਰੋਂਗ। ਇਹ ਤੁਹਾਡੀ ਸੇਫਟੀ ਵਾਸਤੇ ਹੈ, ਪੁਲਿਸ ਉਹਨੂੰ ਇਨਫੋਰਸ ਕਰ ਰਹੀ ਹੈ ਕਿ ਤੁਹਾਡਾ
ਅਤੇ ਜਿਹੜੇ ਰੋਡ ਦੇ ਉੱਤੇ ਹੋਰ ਤੁਹਾਡੇ ਆਪਣੇ ਸਮਾਜ ਦੇ ਸਾਰੇ ਲੋਕ ਜਾ ਰਹੇ ਨੇ ਉਹਨਾਂ ਦੀ ਸਿਕਿਉਰਿਟੀ ਅਤੇ ਸੇਫਟੀ ਬਰਕਰਾਰ ਰਹੇ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to savdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mia Rafiq Mohammed mobile 84374 94647 84374 94648।